ਇਹਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਜਲਦੀ ਜਿਹੜੀ ਸਕ੍ਰੈਪ ਨੀਤੀ ਲਿਆਉਣ ਵਾਲੀ ਹੈ ਸਕ੍ਰੈਪ ਨੀਤੀ ਨਾ ਹੋਣ ਕਾਰਨ ਟਰਾਂਸਪੋਰਟ ਵਿਭਾਗ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨੀਆਂ ਗੱਡੀਆਂ ਸੜਕਾਂ ਤੇ ਜਿਹੜੀਆਂ ਘੁੰਮ ਰਹੀਆਂ ਨੇ ਕਿਉਂਕਿ ਗੱਡੀਆਂ ਦੇ ਕਵਾੜ ਚ ਚਲੇ ਜਾਣ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਦੇ ਰਿਕਾਰਡ ਚ ਉਹੀ ਗੱਡੀ ਜਿਹੜੀ ਰਹਿੰਦੀ ਹੈ ਟਰਾਂਸਪੋਰਟ ਵਿਭਾਗ ਨੇ ਨੀਤੀ ਤਿਆਰ ਜਿਹੜੀ ਕਰ ਲਈ ਹੈ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਇਸ ਨੂੰ ਲਿਆਂਦਾ ਜਾ ਸਕਦਾ ਹੈ ਸੋ ਪੰਜਾਬ ਚ ਵੱਡੇ ਪੱਧਰ ਤੇ ਅਜਿਹੇ ਵਾਹਨ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਜਿਹੜੀ ਖਤਮ ਹੋ ਚੁ ਵਾਹਨ ਮਾਲਕ ਚਲਦੇ ਵਾਹਨ ਨੂੰ ਕਬਾੜ 'ਚ ਵੇਚਣ 'ਚ ਲਈ ਜਿਹੜੇ ਤਿਆਰ ਨਹੀਂ ਹੁੰਦੇ ਕੇਂਦਰ ਸਰਕਾਰ ਨੇ ਇਸ ਸਬੰਧੀ ਸਾਰੇ ਸੂਬਿਆਂ ਨੂੰ ਸਕ੍ਰੈਪ ਨੀਤੀ ਬਣਾਉਣ ਲਈ ਕਿਹਾ ਹੈ ਪੰਜਾਬ ਸਰਕਾਰ ਨੇ ਵੀ ਸਕ੍ਰੈਪ ਨੀਤੀ ਜਿਹੜੀ ਬਣਾ ਲਈ ਹੈ ਹੁਣ ਸਿਰਫ ਇਸ ਤੇ ਕੈਬਨਟ ਦੀ ਮੋਹਰ ਲੱਗਣੀ ਬਾਕੀ ਹੈ ਸਕ੍ਰੈਪ ਨੀਤੀ ਤਹਿਤ ਉਹ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ 'ਚ ਦੇਣ ਤੇ ਸਰਕਾਰ ਨਵੀਂ ਗੱਡੀ ਲੈਣ ਤੇ ਰਜਿਸਟ੍ਰੇਸ਼ਨ 'ਚ ਛੋਟ ਜਿਹੜੀ ਦੇਵੇਗੀ ਵਾਹਨ ਮਾਲਕ ਕੋਲ ਇਸ ਗੱਲ ਦਾ ਅਧਿਕਾਰ ਹੋਵੇਗਾ ਉਹ ਚਾਹੇ ਤਾਂ ਸਕ੍ਰੈਪ 'ਚ ਆਪਣਾ ਵਾਹਨ ਦੇ ਕੇ ਰਜਿਸਟ੍ਰੇਸ਼ਨ 'ਚ ਛੋਟ ਹੈ ਜਿਹੜੀ ਉਹ ਲੈ ਸਕਦਾ ਹੈ ਜਾਂ ਫਿਰ ਗੱਡੀ ਹੈ ਜਿਹੜੀ ਕਬਾ ਵਿਭਾਗ ਦੇ ਸਖਤਰ ਵਿਕਾਸ ਕਰਕੇ ਇਸ ਗੱਲ ਦੀ ਹੈ ਜਿਹੜੀ ਪੋਸਟ ਕੀਤੀ ਹੈ ਸੋ ਜਲਦੀ ਪੰਜਾਬ ਸਰਕਾਰ ਹੈ ਜਿਹੜੀ ਸਕ੍ਰੈਪ ਨੀਤੀ ਲਿਆਉਣ ਵਾਲੀ ਹੈ